ਸਤਿ ਸ਼੍ਰੀ ਅਕਾਲ, ਮੈਂ ਹਾਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਮੁੱਖ ਖਬਰਾਂ ਤੇ। ਮੂੰਗਫਲੀ ਦੇ ਛਿਲਕਿਆਂ 'ਚ ਵਿਦੇਸ਼ੀ ਕਰੰਸੀ ਛੁਪਾ ਕੇ ਲਿਆਉਣ ਵਾਲਾ ਦਿੱਲੀ ਏਅਰਪੋਰਟ ਤੇ ਕਾਬੂ। ਜਲੰਧਰ ਦੇ ਇੱਕ ਘਰ 'ਚੋਂ ਗਹਿਣੇ, ਨਕਦੀ ਤੇ ਲਾਇਸੈਂਸੀ ਰਿਵਾਲਵਰ ਚੋਰੀ। ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਰੇਲ ਗੱਡੀ 'ਚੋਂ ਅੱਧਾ ਕਿਲੋ ਸੋਨਾ ਬਰਾਮਦ। ਅਤੇ ਫਰੀਦਕੋਟ ਕੋਟ ਕਪੂਰਾ ਫਲਾਈਓਵਰ ਦੇ ਕੰਮ ਦੀ ਕੱਛੂ ਚਾਲ ਬਣ ਰਹੀ ਹੈ ਲੋਕਾਂ ਲਈ ਸਿਰਦਰਦੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਕਰੰਸੀ ਦੀ ਸਮਗਲਿੰਗ ਕਰਨ ਵਾਲੇ ਤਸਕਰੀ ਕਰਨ ਦੇ ਨਿਤ ਨਵੇਂ ਤਰੀਕੇ ਲੱਭਦੇ ਰਹਿੰਦੇ ਨੇ। ਦਿੱਲੀ ਏਅਰਪੋਰਟ ਤੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਮੂੰਗਫਲੀ ਦੇ ਛਿਲਕਿਆਂ 'ਚ 45 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਛੁਪਾ ਕੇ ਲਿਆ ਰਿਹਾ ਸੀ। ਇਸ ਵਿੱਚ ਵੱਖ ਵੱਖ ਦੇਸ਼ਾਂ ਦੀ ਕਰੰਸੀ ਸ਼ਾਮਿਲ ਸੀ। ਇੱਕ ਦੇਸ਼ ਤੇ ਦੂਜੇ ਦੇਸ਼ ਦੇ ਵਿੱਚ ਇਲੀਗਲ ਤੌਰ ਤੇ ਪੈਸੇ ਦੀ ਤਸਕਰੀ ਦਾ ਇੱਕ ਨਵਾਂ ਹੀ ਤਰੀਕਾ ਸਾਹਮਣੇ ਆਇਆ ਹੈ। ਦਰਅਸਲ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਇੱਕ ਸ਼ਖਸ ਜਿਹਦਾ ਨਾਮ ਮੁਰਾਦ ਸੀ, ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੂੰਗਫਲੀਆਂ ਦੇ ਛਿਲਕਿਆਂ ਦੇ ਵਿੱਚ ਵਿਦੇਸ਼ੀ ਕਰੰਸੀ ਛੁਪਾ ਕੇ ਲੈ ਕੇ ਜਾ ਰਿਹਾ ਸੀ। ਕਰੀਬ 45 ਲੱਖ ਰੁਪਏ ਦੀ ਕਰੰਸੀ ਇਸ ਤੋਂ ਬਰਾਮਦ ਕੀਤੀ ਗਈ ਹੈ। ਮੂੰਗਫਲੀ ਦੇ ਪਹਿਲਾਂ ਮੂੰਗਫਲੀ ਨੂੰ ਖਾਲੀ ਕੀਤਾ ਗਿਆ ਸੀ, ਫਿਰ ਨੋਟ ਨੂੰ ਇੰਨਾ ਟਾਈਟ ਕਰਕੇ ਬੰਨਿਆ ਗਿਆ ਸੀ ਕਿ ਇੱਕ ਮੂੰਗਫਲੀ ਦੇ ਛਿਲਕੇ 'ਚ ਇੱਕ ਨੋਟ ਭਰਿਆ ਗਿਆ ਸੀ ਅਤੇ ਉਹਨੂੰ ਬਾਹਰ ਇੱਕ ਫੈਵੀਕਵਿਕ ਲਾ ਕੇ ਚਿਪਕਾ ਦਿੱਤਾ ਗਿਆ ਸੀ। ਇਹ ਜਦੋਂ ਸਕੈਨਰ ਦੇ ਵਿੱਚ ਪਾਇਆ ਗਿਆ, IG ਏਅਰਪੋਰਟ ਦੇ ਵਿੱਚ CISF ਨੇ ਜਦੋਂ ਸਕੈਨਰ ਦੇ ਵਿੱਚ ਉਹਦਾ ਸਮਾਨ ਪਾਇਆ ਸ਼ਖਸ ਦਾ, ਤਾਂ ਉਹਨਾਂ ਨੂੰ ਕੁਛ ਮੂੰਗਫਲੀਆਂ ਅਜੀਬ ਜਿਹੀਆਂ ਲੱਗੀਆਂ। ਉਹਦੇ ਨਾਲ ਨਾਲ ਪੱਕਿਆ ਹੋਇਆ ਮੀਟ ਵੀ ਸੀਗਾ, ਉਹ ਵੀ ਅਜੀਬ ਲੱਗਾ। ਜਦੋਂ ਚੈਕਿੰਗ ਕੀਤੀ ਗਈ, ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਨੋਟ ਜਿਹੜੇ ਸੀ ਵਿਦੇਸ਼ੀ ਕਰੰਸੀ ਕਰੀਬ 45 ਲੱਖ ਦੀ, ਉਹ ਕਾਫੀ ਟਾਈਟ ਕਰਕੇ ਬੰਨ ਕੇ ਛੋਟੇ ਕਰਕੇ ਉਹਦੇ ਵਿੱਚ ਪਾਏ ਹੋਏ ਸੀ। ਸਾਰਾ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਓਮਾਨ, ਸਾਊਦੀ ਅਰੇਬੀਆ ਦੇ ਨਾਲ ਨਾਲ ਮਿਡਲ ਈਸਟ ਦੇ ਕਈ ਦੇਸ਼ਾਂ ਦੀ ਕਰੰਸੀ ਸੀ। ਇਹ ਸ਼ਖਸ ਦਿੱਲੀ ਏਅਰਪੋਰਟ ਦੇ ਵਿੱਚ ਚੜਿਆ ਸੀ, ਏਅਰ ਇੰਡੀਆ ਦੀ ਫਲਾਈਟ ਇਹਨੇ ਫੜਨੀ ਸੀ ਅਤੇ ਦੁਬਈ ਜਾਣਾ ਸੀ। ਪਰ ਇਹ ਏਅਰਪੋਰਟ 'ਤੇ ਜਦੋਂ ਪਹੁੰਚਿਆ, ਇਹਦੇ ਸ਼ੱਕ ਹੋਇਆ, ਸਮਾਨ ਦੀ ਤਲਾਸ਼ੀ ਹੋਈ, ਜਦੋਂ ਖੋਲ੍ਹ ਕੇ ਦੇਖਿਆ ਤਾਂ ਹੋਸ਼ ਉੜ ਗਏ, ਕਿਉਂਕਿ ਹਰ ਵਾਰ ਨਵਾਂ ਤਰੀਕਾ ਇਹਨਾਂ ਵੱਲੋਂ ਅਪਣਾਇਆ ਜਾਂਦਾ ਸਮਗਲਰਸ ਵੱਲੋਂ ਆਪਣੇ ਸਮਗਲਿੰਗ ਕਰਨ ਦਾ ਕੋਈ ਵੀ ਕਰੰਸੀ ਹੈ, ਅਤੇ ਇਸ ਵਾਰ ਕੁਛ ਨਵਾਂ ਹੀ ਤਰੀਕਾ ਅਪਣਾਇਆ ਗਿਆ, ਕਿਉਂਕਿ ਬਿਸਕਟਸ ਵੀ ਉਹਦੇ ਨਾਲ ਸੀਗੇ ਅਤੇ ਮੂੰਗਫਲੀਆਂ ਵੀ ਸੀਗੀਆਂ। ਹਰੇਕ ਮੂੰਗਫਲੀ ਨੂੰ ਪਹਿਲਾਂ ਉਹਨਾਂ ਨੇ ਖੋਲ੍ਹੇ, ਮੋਟੀ ਜਿਹੜੀ ਮੂੰਗਫਲੀ ਹੁੰਦੀ ਉਹਨੂੰ ਖੋਲ੍ਹਿਆ ਹੈ ਅਤੇ ਉਹਦੇ ਵਿੱਚ ਦਾਣੇ ਕੱਢ ਕੇ ਨੋਟ ਕਾਫੀ ਟਾਈਟ ਕਰਕੇ ਉਹਦੇ ਵਿੱਚ ਫੈਕ ਨਾਲ ਜੋੜਿਆ ਹੋਇਆ ਸੀ। ਹੁਣ CISF ਨੇ ਹਿਰਾਸਤ 'ਚ ਲੈ ਲਿਆ ਹੈ, ਪੁੱਛਤਾਛ ਜਾਰੀ ਹੈ ਅਤੇ ਕਿਹਦੇ ਕਿਹਦੇ ਨਾਲ ਤਾਰ ਜੁੜੇ ਹੋਏ ਸੀ, ਕਿਹਨੂੰ ਉਹ ਕਰੰਸੀ ਦੇਣੀ ਸੀ, ਕਿੱਥੋਂ ਲਈ ਸੀ, ਕੌਣ ਕੌਣ ਪੈਕਿੰਗ ਦੇ ਵਿੱਚ ਹੈ, ਉਹ ਸਾਰੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਾਲ ਨਿਤਿਨ ਨਿਮਾਨ, ਦੈਨਿਕ ਸਵੇਰਾ ਟੀਵੀ। ਜਲੰਧਰ ਦੇ ਇੱਕ ਘਰ ਵਿੱਚੋਂ ਇੱਕ ਚੋਰ ਨੇ 12 ਲੱਖ ਦੇ ਗਹਿਣੇ, 5 ਲੱਖ ਦੀ ਨਕਦੀ ਅਤੇ ਇੱਕ ਰਿਵਾਲਵਰ ਚੋਰੀ ਕਰ ਲਿਆ। ਪਰਿਵਾਰਕ ਮੈਂਬਰ ਉਸ ਸਮੇਂ ਰਿਸ਼ਤੇਦਾਰੀ ਵਿੱਚ ਇੱਕ ਵਿਆਹ ਸਮਾਗਮ 'ਚ ਸ਼ਾਮਿਲ ਹੋਣ ਗਏ ਹੋਏ ਸਨ। ਜਲੰਧਰ ਦੇ ਮਾਈ ਹੀਰਾ ਗੇਟ ਨਜ਼ਦੀਕੀ ਪੈਂਦੇ ਮੁਹੱਲਾ ਫਤਿਹਪੁਰ 'ਚ ਬੀਤੀ ਰਾਤ ਚੋਰ ਇੱਕ ਘਰ 'ਚੋਂ ਕਰੀਬ 12 ਲੱਖ ਦੇ ਗਹਿਣੇ ਤੇ 5 ਲੱਖ ਰੁਪਏ ਨਗਦ ਤੇ ਇੱਕ ਲਾਇਸੈਂਸੀ ਰਿਵਾਲਵਰ ਲੈ ਕੇ ਫਰਾਰ ਹੋ ਗਏ। ਜਿਸ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਲੁਧਿਆਣੇ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ ਗਏ ਹੋਏ ਸਨ। ਜਦ ਉਹਨਾਂ ਆ ਕੇ ਵੇਖਿਆ ਤਾਂ ਘਰ ਦੇ ਸਾਰੇ ਤਾਲੇ ਟੁੱਟੇ ਸਨ ਤੇ ਸਮਾਨ ਚੋਰੀ ਹੋਇਆ ਪਿਆ ਸੀ। ਇਸ ਤੋਂ ਇਲਾਵਾ ਘਰ 'ਚ CCTV ਦਾ DVR ਵੀ ਗਾਇਬ ਸੀ। ਇਸ ਦੇ ਨਾਲ ਹੀ ਪੀੜਤਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇਹ ਗਹਿਣੇ ਆਪਣੀ ਧੀ ਦੇ ਵਿਆਹ ਲਈ ਬਣਵਾ ਕੇ ਰੱਖੇ ਹੋਏ ਸਨ। 3:30 ਵਿੱਚ ਚੋਰ ਅੰਦਰ ਵੜਿਆ ਘਰ ਦੇ ਵਿੱਚ ਅਤੇ ਸਾਫ ਕੈਮਰਿਆਂ 'ਚ ਦਿਖਦਾ ਪਿਆ ਆ ਚੋਰ, ਅਤੇ 10-12 ਲੱਖ ਰੁਪਏ ਦਾ ਮਾਲ ਲੈ ਗਿਆ। ਇੱਕ ਵਿੱਚ ਰਿਵਾਲਵਰ ਸੀ ਅਤੇ ਬਾਕੀ ਗੁੱਡੀ ਦੇ ਵਿਆਹ ਦਾ ਸੋਨੇ ਦਾ ਸਮਾਨ ਸੀ। ਅਸੀਂ ਲੁਧਿਆਣੇ ਵਿਆਹ ਗਏ ਹੋਏ ਸੀ, ਰਾਤੀ 6:30 ਗਿਆ, ਸਵੇਰੇ 8:30 ਵਾਪਸ ਆ ਗਿਆ ਅਤੇ 10-12 ਲੱਖ ਦਾ। ਸਾਰੀਆਂ ਅੰਦਰੋਂ ਬਾਰੀਆਂ ਬੂਰੀਆਂ, ਮੇਨ ਗੇਟ, ਦਰਵਾਜ਼ੇ ਦੇ ਗੇਟ ਸਾਰੇ ਤੋੜ ਕੇ ਇਕੱਲਾ ਬੰਦਾ ਸੀ, ਚੋਰੀ ਕਰਕੇ ਲੈ ਗਿਆ। ਉਹ ਨਾਲ ਹਾਰਡ ਡਿਸਕ ਸਭ ਕੁਝ ਚੱਕ ਕੇ ਲੈ ਗਿਆ। ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਆਰੋਪੀਆਂ ਦੀ ਭਾਲ ਜਾਰੀ ਹੈ। ਇਸ ਇਨਫੋਰਮੇਸ਼ਨ ਹਮੇ ਮਿਲੀ ਥੀ, ਫਿਰ ਹਮਾਰਾ ਸਾਰਾ ਟੀਮ, ਹਮਨੇ ਫਿੰਗਰਪ੍ਰਿੰਟਸ ਵਾਲਾ ਟੀਮ ਸਾਰੇ ਅਭੀ ਆ ਕੇ ਹਮਨੇ ਇਧਰ ਚੈੱਕ ਕੀਏ। ਹਮੇ ਅਭੀ ਥੋੜਾ ਸਾ ਮੂਡਲੀ ਤਫਤੀਸ਼ ਦੌਰਾਨ ਹਮੇ ਥੋੜਾ ਸਾ ਵਾਈਟਲਸ ਕਲੂ ਮਿਲੀ ਹੋਈ ਹੈ। ਹਮੇ ਉਮੀਦ ਹੈ ਕਿ ਜਲਦੀ ਸੇ ਜਲਦੀ ਹਮ ਇਹ ਚੋਰੀ ਕੋ ਹਮ ਟਰੇਸ ਕਰ ਲੇਂਗੇ। ਅਭੀ ਮਾਲਿਕ ਦੇ ਦੱਸਣ ਦੇ ਮੁਤਾਬਿਕ ਇਹਨਾਂ ਦਾ ਕੋਈ ਗਹਿਣੇ ਚੋਰੀ ਹੋਈ ਹੈ ਔਰ ਕੈਸ਼ ਚੋਰੀ ਹੋਈ ਹੈ ਔਰ ਇਹਨਾਂ ਦਾ ਇੱਕ ਲਾਇਸੈਂਸੀ ਰਿਵਾਲਵਰ ਚੋਰੀ ਹੋਈ ਹੈ। ਬਾਕੀ ਅਭੀ ਹਮਨੇ ਮਾਮਲਾ ਦਰਜ ਕਰਕੇ ਹਮ ਆਗੇ ਅਭੀ ਤਫਤੀਸ਼ ਕਰ ਰਹੇ ਹੈ।
जलंधर तो विनय शर्मा। फगवाड़ा रेलवे स्टेशन ते पुलिस ने अमृतसर तो दिल्ली जा रही रेल गड्डी विचो अद्धा किलो तो वध सोना बरामद कीता है। पुलिस अधिकारियों ने दस्या कि सोने दे मालका तो बनदा टैक्स अते जुर्माना वसूल करके ए सोना मालका दे सुपुर्द कर दिता जाएगा। फगवाड़ा रेलवे स्टेशन ते पुलिस ने दिल्ली जा रही ट्रेन चो 650 ग्राम सोना बरामद कीता। जानकारी मुताबक पुलिस नूं सोने की गुप्त सूचना मिली सी, तां पुलिस ने मौके ते पहुंच के 9 छोटे छोटे लिफाफियां चों 650 ग्राम सोना बरामद किया। GST विभाग के कमिश्नर ऑफ स्टेट टैक्स के मुताबिक सोने की सरकारी कीमत 11,50,000 रुपये दसी गई है। 7 तरीक नूं जो गोल्ड फगवाड़ा रेलवे स्टेशन से ETO पवन होरां ने फड़िया सी, अज उहदी असीं गवर्नमेंट एवैल्यूएटर कोलों वैल्यू लवा ली है। इहदे विच सानूं 9 पैकेट छोटे छोटे पैकेट से जिन्हां दे विच गोल्ड दे गहने से वो मिले ने, जो गवर्नमेंट वैल्यूएटर ने दी जो वैल्यू लगाई है वो 11,50,000 रुपए इहदी वैल्यू लगाई है। इस माल दे उत्ते असीं जो साडा टैक्स है और जो पेनल्टी बनती है उसनों असीं रिकवर करके इहदे जिहड़े माल दे मालकां नूं सपुरद करते हैं। 7 तरीक नूं जी फगवाड़ा रेलवे स्टेशन तो RPF द्वारा एक बैग की चैकिंग के दौरान कुछ सोने के गहने बरामद किए गए सी। उहदे संबंध दे विच सानूं उन्होंने कॉल की सी ताकि असीं जाके वेरीफाई कर सकीए। असीं अपनी वेरीफिकेशन की तो पता लगा भी माल दे नाल कोई बिल परचा जां कोई दस्तावेज मौजूद नहीं है, इस करके इहदे विच GST की चोरी की संभावना होने का खदशा सी। इस तो बाद असीं प्रोपरली उन्होंने प्रोपर चैनल के थ्रू माल अपने कब्जे में लै लिया, तो अगले की कार्रवाई लिए जिहड़ा जिस बंदे को रिकवरी की गई सी उन्हों टाइम दे दिता गया। असी गवर्नमेंट अप्रूवड वैल्यूअर दे कोलो उहदी प्रोपर वैल्यूएशन करवाई, जो कि जिस बंदे को रिकवरी की गई सी उहदी प्रेजेंस दे विच ही करवाई गई है जी। तो टोटल वैल्यू जिहड़ी आ जो कि 9 पैकेट सी कोलो दे विच उहदी वैल्यू 11.5 लाख दे करीब आंकी गई आ, ते उहदे नाल जिहड़ी आ उह उन्होंने भी सहमति जिस बंदे को रिकवरी की गई सी वो भी इस वैल्यू के नाल सहमति उन्होंने प्रगटाई है। समान कितों कितने जाना सी ये बेसिकली जिस बंदे को रिकवरी की गई है जी उहदी उहदे कोल एक टिकट मिली है जो ब्यास तो दिल्ली वास्ते सी, ये अमरपाली ट्रेन दे विचों इन्हां तो बैग रिकवर किया गया सी RPF द्वारा। फगवाड़ा तो विनय शर्मा की रिपोर्ट, दैनिक सवेरा TV। लोगों की सहूलत लई बनाया जा रहा फरीदकोट कोटकपूरा फ्लाईओवर लोगों लई सिरदर्दी बनता जा रहा है। भावें इस पुल के निर्माण का काम 2019 तक मुकम्मल हो जाना सी, पर यह अजे भी कछू चाल चल रहा है। ਪੂਰਾ ਪਿਆ ਕੋਟਕਪੂਰਾ ਫਰੀਦਕੋਟ ਫਲਾਈਓਵਰ, ਲੋਕਾਂ ਚ ਫੈਲਾ ਰਿਹਾ ਸਾਹ ਦੀਆਂ ਬਿਮਾਰੀਆਂ। ਵਪਾਰੀਆਂ ਦੇ ਕਾਰੋਬਾਰ ਤੇ ਪੈ ਰਿਹਾ ਵੱਡਾ ਅਸਰ। ਮਾਰਚ 2017 ਚ ਸ਼ੁਰੂ ਹੋ ਕੇ ਦਸੰਬਰ 2019 ਚ ਪੂਰਾ ਹੋਣ ਵਾਲਾ ਇਹ ਫਲਾਈਓਵਰ ਦਾ ਨਿਰਮਾਣ ਅੱਜ ਵੀ ਕਛੂਏ ਦੀ ਚਾਲ ਚੱਲ ਰਿਹਾ, ਜਿਸ ਕਾਰਨ ਕੋਟਕਪੂਰਾ ਤੋਂ ਫਰੀਦਕੋਟ ਜਾਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੋਂ ਗੁਜ਼ਰ ਕੇ ਨਿਕਲਣਾ ਪੈ ਰਿਹਾ। ਕਿਉਂਕਿ ਜਿੱਥੇ ਨਿਰਮਾਣ ਕਾਰਨ ਰਾਹੀਗੀਰਾਂ ਨੂੰ ਲੰਘਣ ਵੇਲੇ ਤੂਰ ਫੱਕਣੀ ਪੈਂਦੀ ਏ, ਉੱਥੇ ਹੀ ਰਸਤੇ 'ਚ ਪੈਂਦਾ ਰੇਲਵੇ ਫਾਟਕ ਵੀ ਵਾਹਨਾਂ ਦੀ ਰਫ਼ਤਾਰ ਨੂੰ ਧੀਮੀ ਕਰਦਾ। 75.51 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲਾ ਫਰੀਦਕੋਟ ਕੋਟਕਪੂਰਾ ਮਾਰਗ 'ਤੇ ਬਣਨ ਵਾਲਾ ਰੇਲਵੇ ਓਵਰਬ੍ਰਿਜ, ਜੋ ਕਿ ਮਾਰਚ 2017 ਵਿੱਚ ਬਣਨਾ ਸ਼ੁਰੂ ਹੋਇਆ ਅਤੇ ਦਸੰਬਰ 2019 ਵਿੱਚ ਜਾ ਕੇ ਇਸ ਪੁਲ ਨੇ ਕੰਪਲੀਟ ਹੋ ਜਾਣਾ ਸੀ, ਪਰ ਹੁਣ 2020 ਚੱਲ ਰਿਹਾ ਅਤੇ ਪੁਲ ਦਾ ਕੰਮ ਲਗਾਤਾਰ ਜਾਰੀ ਹੈ। ਲੋਕਾਂ ਨੂੰ ਕਾਫੀ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਮਾਰਗ ਹੈ ਜੋ ਇੱਕ ਸ਼ਹਿਰ ਨੂੰ ਦੂਜੇ ਸ਼ਹਿਰ ਤੱਕ ਜੋੜਦਾ ਹੈ। ਹੁਣ ਤੱਕ ਪੁਲ ਦੀ ਕੀ ਅਪਡੇਟ ਹੈ, ਕਦੋਂ ਤੱਕ ਇਹ ਪੁਲ ਬਣ ਕੇ ਤਿਆਰ ਹੋਵੇਗਾ, ਆਓ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਲੋਕਾਂ ਤੋਂ ਵੀ ਕਿ ਆਖਿਰਕਾਰ ਇਸ ਪੁਲ ਨਾਲ ਕਿੰਨੀ ਕੁ ਰਾਹਤ ਮਿਲੇਗੀ, ਹੁਣ ਤੱਕ ਕਿੰਨੀਆਂ ਕੁ ਪਰੇਸ਼ਾਨੀਆਂ ਉਹਨਾਂ ਨੂੰ ਸਾਹਮਣੇ ਆਈਆਂ ਨੇ।
कट्टे चो गुजर के राहगीर तो इस अधूरे पे फ्लाईओवर तो परेशान है ही ने उत्थे ही स्थानक लोग भी साह दियां बीमारियां नाल पीड़ित हो रहे ने ते किते ना किते इसका असर फ्लाईओवर के नज़दीक पेंदे व्यापारियों के व्यापार से भी पै रहा है। हालात साढ़े सामने माड़े है, घाटा उठता बुरा हाल है, बंद सह लेने की तकलीफ है। इतने तुम दो मिनट से गड्डी खड़ा दो तो मिट्टी ने घटे न भर जाती है तो बंदे का कि बुरा हाल ही होना जो इन्नी मिट्टी अंदर जानी शरीर के वे लो बंद साढ़े नाल के बंद एलर्जी हो गई ये तो उन्होंने सह लेना औखा है। काफ़ी टाइम ही हो गया जी, दो ढाई साल हो गए जी। हाँ बहुत बुरा हाल आई, तीन साल हो गए साडा सह लेना भी औखा हो पाया सूँ, इन्ना मिट्ट घटा उठता। अभी ठेकेदार पंजार ही क्या भाई आपका ट्रक लियाओ पानी छिड़क दो, कोई गल नहीं सुनते, साडा बुरा हाल है। आ गुआढ़ी का भी हूँ बीमार है घर, उन्होंने छाती रुकी भी है मेरे गुआढ़ी की, उनकी थान बंद मुंडे काम कर रहे हैं, कोई बहुत बुरा हाल आई इतने दवाई खा के आई दी है सवेरे जिदा नाक हैगी बुरा हाल हो जाता, खंघ जुकाम बुरा हाल आई जाए। तो साढ़े कारोबार भी ठप्प हो चुके हैं, तो ना इतने पानी छिड़किया जाता है, तो इन्होंने बहुत बारी कहा कि पानी छिड़क दो पर कोई सुनवाई नहीं कर रहे। ये कहते साढ़े व्डे साहबों को जाओ उत्थे गलबात करो, उत्थे जाइए जो कहते सानू कोई पता नहीं गा जी, साढ़े मुलाजम उधर है उधर है, इतने बहुत लड़ाइया होंगे, मिट्टी उड़ती है सुबह तो लैके शाम तक सारे जने मिट्टी खाई दी है जी, इन्ने तंग है जी, साढ़े काम कार सारे ठप्प हो चुके हैं, बहुत बुरे हालात। उधर इस हल्के के विधायक कुलतार संधवा तो इस फ्लाईओवर की जरूरत महसूस ही नहीं करते, पर बावजूद इसके वह कई बार विधानसभा यह मुद्दा उठा चुके हैं। पहली गल तो यही इतने लोड़ नहीं, जो बाईपास बन गया सीगा लोड़ है नहीं सी, चलो हुण बन लग्या तो लेकिन बड़ा स्नेल स्पेस से चल रहा और काफ़ी ये बारे डिप्टी कमिश्नर फरीदकोट नाल मीटिंग हो चुकी हैं, जेडे पी डबल्यू डी जेडे महकमे के अधिकारी उन्होंने मीटिंग हो चुकी हैं और मैं विधानसभा भी ये बारे क्वेश्चन लाया सी, उत्थे मैनूं पंजाब सरकार ने आश्वासन दिता सी भी 31 मार्च 2020 तक ये जिहड़ा रेलवे ओवरब्रिज असी कंप्लीट कर देंगे। फ्लाईओवर बनने की नवी तरीक तो मिल गई, पर देखना होगा कि इस तरीक तक लोगों को समस्या तो निजात मिलती है या नहीं। सरकारां योजनावां लेके जरूर आउंदियां ने पर उन्हां नूं पूरा करवाउण लई लोकां नूं जद्दोजहद करनी पैंदी है, उसे तरीके का यह मामला है कोटकपुरा फरीदकोट नूं जोड़न वाले इस रेलवे ओवरब्रिज का। फिलहाल की गल करिए जो समय सीमा सीगी इस दे पूरा करन दी वो सीगी दिसंबर 2019, हुण 2020 दा साल जो है वह भी चढ़ गया है। फिलहाल वेखदे हां कि सरकार दे दाव्यां अते लारियां दी इह रेलगड्डी जो है कदों जाके रुकेगी, अते जो इस शहर के निवासी ने उहनां नूं बिना रुके अपना सफ़र तय करना सौखा होगा। फरीदकोट तो कैमरा पर्सन राजेश बागड़ी दे नाल सूरज प्रकाश, दैनिक सवेरा टीवी। भूआ च पठानकोट अमृतसर कौमी मार्ग ते एक तेज़ रफ्तार बस ने मोटरसाइकिल सवार प्यो धी नूं टक्कर मार दिती। इस हादसे विच पिता दी मौके ते मौत हो गई जबकि बेटी नूं जख्मी हालत च हस्पताल भर्ती करवाया गया। पठानकोट अमृतसर मार्ग ते एक तेज रफ्तार बस ने मोटरसाइकिल सवार पिता ते बेटी नूं टक्कर मार दिती जिस नाल पिता दी मौके ते ही मौत हो गई ते बेटी बुरी तरह जख्मी हो गई जिस नूं एक निजी हस्पताल च दाखिल करवाया गया। मोटरसाइकिल जाते पे गुड़िया छड़न अंकल तो रस्ते दे विच एबीटीसी बस आती भी सी, उन्हें हिट करता एक्सीडेंट हो गया जिदे करके अंकल की डैथ हो गई है, तो गुड़िया थोड़ी जी सट्टा लगी है, एस के आर होस्पिटल एडमिट। मेरे तलाब नहीं कि सर ने बिजली बोर्ड घर दफ्तर के सामने जरा एक्सीडेंट होया बस का तो मोटरसाइकिल का पड़ताल करते पता लगा भी एबीसीटी बस जी हैगी PB02BAV8897 ये पठानकोट तो जी बहुत तेज़ रफ्तार ली जा रही थी, अगले पास तो एक विजय कुमार अपनी लड़की प्रियंका चौरी नाल जरा पठानकोट में आ रहा है, ये जो बस ड्राइवर ने बस बहुत तेज़ रफ्तार चला के बस में होर किसी गड्डी नूं क्रॉस कर लगे उन्हें बिच मारी जिद नाल विजय कुमार की मौके डैथ हो गई, वो लड़की प्रियंका जी जख्मी हो गई है जी सिविल एस के आर हॉस्पिटल दाखिल है, जिदे बयान से अपना परचा तर्ज करके कार्रवाई की जा रही है। ਪੋਆ ਤੋਂ ਰਜੀਵ ਥਾਪਾ, ਦੈਨਿਕ ਸਵੇਰਾ ਟੀਵੀ। ਖਟਖੜ ਕਲਾਂ ਚ ਰੇਲਵੇ ਸਟੇਸ਼ਨ ਕੋਲ ਰੇਲਵੇ ਦਾ ਕੰਮ ਕਰਦੇ 3 ਮਜ਼ਦੂਰ ਮਿੱਟੀ ਹੇਠ ਦੱਬ ਗਏ ਜਿਨ੍ਹਾਂ ਵਿੱਚੋਂ 2 ਨੂੰ ਬਚਾ ਲਿਆ ਤੇ 1 ਦੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਦੀ ਪਛਾਣ ਸੁਰਜੀਤ ਸਿੰਘ ਵਜੋਂ ਹੋਈ ਹੈ, ਉਹ ਲੁਧਿਆਣਾ ਦਾ ਰਹਿਣ ਵਾਲਾ ਸੀ। ਸ਼੍ਰੀ
ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਰੇਲਵੇ ਸਟੇਸ਼ਨ ਨਜ਼ਦੀਕ ਚੱਲ ਰਹੇ ਕੰਮ ਦੌਰਾਨ ਅਚਾਨਕ ਮਿੱਟੀ ਧਸਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਦੋ ਜਣਿਆਂ ਨੂੰ ਜੇਸੀਬੀ ਮਸ਼ੀਨਾਂ ਦੇ ਜ਼ਰੀਏ ਜ਼ਿੰਦਾ ਬਾਹਰ ਕੱਢ ਲਿਆ ਗਿਆ। ਜਾਣਕਾਰੀ ਦੇ ਮੁਤਾਬਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਖੁਦਾਈ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ 'ਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਸੁਰਜੀਤ ਸਿੰਘ ਦੇ ਰੂਪ 'ਚ ਹੋਈ ਹੈ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਸੀ। ਫਿਲਹਾਲ ਉਸ ਦੀ ਲਾਸ਼ ਨੂੰ ਬੰਗਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ। ਇਸ ਘਟਨਾ ਦੇ ਦੌਰਾਨ ਜ਼ਿੰਦਾ ਬਾਹਰ ਕੱਢੇ ਗਏ ਮਜ਼ਦੂਰ ਨੇ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਕੱਢਣ ਲਈ ਇਹੋ ਬੰਦੇ ਆਏ, ਬਸ ਦੋ ਚਾਰ ਹੀ ਬੰਦੇ ਸੀ, ਬਸ ਹੋਰ ਕੋਈ ਨੀ ਆਇਆ, ਜਿਹੜੀ ਬਾਅਦ ਚ ਆਈ ਹੈ। ਫਿਲਹਾਲ ਦੱਸਿਆ ਜਾ ਰਿਹਾ ਕਿ ਘਟਨਾ ਵਾਪਰਨ ਤੋਂ ਬਾਅਦ ਠੇਕੇਦਾਰ ਮੌਕੇ ਤੋਂ ਫਰਾਰ ਹੋ ਚੁੱਕਿਆ। ਉੱਥੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਕਿ ਜੇਕਰ ਇਸ ਦੇ ਵਿੱਚ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਰੇਲਵੇ ਦਾ ਕੰਮ ਚੱਲਦਾ ਜੀ, ਪੁਲ ਪੈ ਰਿਹਾ ਥੱਲੇ ਤੋਂ ਕ੍ਰੋਸਿੰਗ ਦਾ, ਤੇ ਉਹ 'ਚ ਮਜ਼ਦੂਰ ਕੰਮ ਕਰਦੇ ਸੀ, ਠੇਕੇਦਾਰ ਦੇ ਬੰਦੇ ਸੀਗੇ, ਤਿੰਨ ਬੰਦੇ ਉਹ ਮਿੱਟੀ ਥੱਲੇ ਦੱਬ ਗਏ, ਤਿੰਨਾਂ 'ਚ ਦੋ ਜਿਹੜੇ ਬਚਾ ਲਏ ਗਏ ਫਟਾਫਟ, ਇੱਕ ਬੰਦਾ ਥੋੜ੍ਹਾ ਡੂੰਘਾ ਦੱਬ ਗਿਆ, ਉਹਦੀ ਮੌਤ ਹੋ ਚੁੱਕੀ ਹੈ। ਨਵਾਂਸ਼ਹਿਰ ਤੋਂ ਨਰਿੰਦਰ ਰੱਤੂ, ਦੈਨਿਕ ਸਵੇਰਾ ਟੀਵੀ। ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਲੁਧਿਆਣਾ ਦੇ ਦੋ ਨੌਜਵਾਨ ਇਸ ਹੋਟਲ ਵਿੱਚ ਰੁਕੇ ਸਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਨੌਜਵਾਨ ਫਰਾਰ ਹੋ ਗਿਆ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ। ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨਜ਼ਦੀਕ ਇੱਕ ਹੋਟਲ ਦੇ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਦੇ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਹੋਟਲ ਦੇ ਵਿੱਚ ਰੁਕੇ ਹੋਏ ਸਨ, ਜਿੱਥੋਂ ਕਿ ਹੁਣ ਇੱਕ ਨੌਜਵਾਨ ਦੇ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ, ਜਦਕਿ ਦੂਜਾ ਨੌਜਵਾਨ ਹੋਟਲ ਤੋਂ ਗਾਇਬ ਦੱਸਿਆ ਜਾ ਰਿਹਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹੋਟਲ ਅਜੀਤ ਸੀਗਾ ਜੀ, ਬੱਸ ਸਟੈਂਡ ਦੇ ਸਾਹਮਣੇ। ਉਹਦੇ ਵਿੱਚ ਦੋ ਸੀਗੇ ਸੇਲਸਮੈਨ, ਲੁਧਿਆਣੇ ਤੋਂ ਆਏ, ਉਹ ਠਹਿਰੇ ਸੀਗੇ। ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਆ, ਉਹਦੇ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਸਾਡੀ ਫੋਰੈਂਸਿਕ ਟੀਮ ਤੇ ਉਹ ਬੁਲਾਏ ਆ, ਜੋ ਵੀ ਮੌਤ ਦੇ ਕਾਰਨ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਅੰਮ੍ਰਿਤਸਰ ਤੋਂ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ। ਫਾਜ਼ਿਲਕਾ 'ਚ ਪੁਲਿਸ ਵੱਲੋਂ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਤੇ ਨਕੇਲ ਕੱਸੀ ਜਾ ਰਹੀ ਹੈ। ਪੁਲਿਸ ਨੇ ਸਿਵਲ ਵਰਦੀ ਵਿੱਚ ਕੁਝ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰਕੇ ਉਹਨਾਂ ਦੇ ਚਾਲਾਨ ਕੱਟੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁੱਲੜਬਾਜ਼ੀ ਕਰਨ ਵਾਲੇ ਕਿਸੇ ਵੀ ਨੌਜਵਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਫਾਜ਼ਿਲਕਾ ਪੁਲਿਸ ਨੇ ਨਾਕੇਬੰਦੀ ਕਰ ਬਿਨਾਂ ਨੰਬਰੀ ਮੋਟਰਸਾਈਕਲ ਨੌਜਵਾਨਾਂ ਦੇ ਚਲਾਨ ਕੱਟੇ ਅਤੇ ਗਲਤੀ ਕਰਨ ਵਾਲਿਆਂ ਨੂੰ ਕੰਨ ਫੜਾ ਕੇ ਮਾਫੀ ਮੰਗਵਾਈ। ਇਹਨਾਂ ਨੌਜਵਾਨਾਂ 'ਚ ਖਾਸ ਕਰ ਵਿਦਿਆਰਥੀ ਸੀ, ਜਿਹੜੇ ਕਿ ਟ੍ਰਿਪਲ ਡਰਾਈਵਿੰਗ ਅਤੇ ਮੋਟਰਸਾਈਕਲ ਉੱਪਰ ਪ੍ਰੈਸ਼ਰ ਹੋਰਨ ਲਗਾ ਕੇ ਘੁੰਮਦੇ ਸੀ। ਜਿਸ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਸ਼ਾਸਤਰੀ ਚੌਕ 'ਚ ਨਾਕੇਬੰਦੀ ਕਰ ਇਹਨਾਂ ਨੌਜਵਾਨਾਂ ਦੇ ਚਲਾਨ ਕੱਟੇ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਅੱਗੇ ਵੀ ਇਹੋ ਜਿਹੇ ਹੁੱਲੜਬਾਜ਼ਾਂ ਤੇ ਲਗਾਮ ਕੱਸੀ ਜਾਏਗੀ। ਪਿਛਲੇ ਦਿਨਾਂ ਤੋਂ ਕੁਝ ਕੰਪਲੇਂਟਸ ਆ ਰਹੀਆਂ ਸੀ ਕੀਪ ਟੀਜ਼ਿੰਗ ਦੀਆਂ, ਲੜਕੇ ਤਿੰਨ ਤਿੰਨ ਟ੍ਰਿਪਲ ਰਾਈਡਿੰਗ ਕਰਕੇ ਬਹੁਤ ਉੱਚੀ ਉੱਚੀ ਹੌਰਨ ਮਾਰਦੇ ਹੈ ਐਂਡ ਲੜਕੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਹੈ। ਸੋ ਅੱਜ ਸਿਵਲ ਵਰਦੀ ਦੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ, ਕੁਛ ਦੇ ਚਲਾਨ ਕੱਟੇ ਗਏ ਹੈ ਐਂਡ ਕਈਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਗਿਆ। ਅਸੀਂ ਕੰਟੀਨਿਊਸ, ਵੈਸੇ ਸਾਡਾ ਗਰਲਜ਼ ਦਾ PCR ਐਂਡ ਬੰਦਿਆਂ ਦੇ PCR ਜਿਹੜੇ ਨੇ ਉਹ ਕੰਟੀਨਿਊਸ ਚੱਲ ਰਹੇ ਨੇ। ਉਸ ਤੋਂ ਇਲਾਵਾ ਮੈਂ ਖੁਦ ਸਿਵਲ ਦੇ ਵਿੱਚ ਡਿਬਿਊਟ ਕੀਤੇ ਨੇ ਬੰਦੇ ਐਂਡ ਆਪ ਵੀ ਵੱਖ ਵੱਖ ਦਿਨਾਂ ਤੇ ਚੈੱਕ ਕਰਿਆ ਕਰੋ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੇ ਸਨ ਹੁਣ ਤੱਕ ਦੀਆਂ ਖਬਰਾਂ, ਮੈਨੂੰ ਰਚਨਾ ਨੂੰ ਦਿਓ ਇਜਾਜ਼ਤ। ਹੋਰ ਤਾਜ਼ਾ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।